ਔਰਤ ਨਿਰੰਜਨ, ਔਰਤ ਨਿਰੰਜਨ। ਹਾਂਜੀ ਬਾਬਾ ਜੀ। ਬਾਬਿਆਂ ਨੂੰ ਕੁਛ ਪੈਸਾ ਧੇਲਾ ਦੇ, ਬਾਬੇ ਪਹਾੜਾਂ ਵੱਲ ਜਾ ਰਹੇ ਨੇ। ਨਾ ਬਾਬਾ ਜੀ, ਮੇਰੇ ਕੋਲ ਪੈਸੇ ਹੁੰਦੇ ਮੈਂ ਨਾ ਮਨਾਲੀ ਜਾਏ ਹੁੰਦੀ। ਬੱਚਾ ਝੂਠ ਨਾ ਬੋਲ, ਬਾਬੇ ਸਭ ਕੁਝ ਜਾਣਦੇ ਨੇ ਕਿ ਤੇਰੇ ਕੋਲ ਪੈਸੇ ਧੇਲੇ ਦੀ ਕੋਈ ਕਮੀ ਨਹੀਂ ਹੈ। ਬਾਬੇ ਤਾਂ ਅੰਤਰਜਾਮੀ ਨੇ, ਇਹ ਵੀ ਦੱਸ ਸਕਦੇ ਨੇ ਕਿ ਅੱਜ ਤੇਰਾ ਦਿਨ ਕਿਵੇਂ ਜਾਵੇਗਾ। ਅੱਛਾ ਬਾਬਾ, ਤੈਨੂੰ ਐਂ ਵੀ ਪਤਾ ਵੀ ਅੱਜ ਦਾ ਦਿਨ ਮੇਰਾ ਕਿਵੇਂ ਜਾਊ? ਹਾਂ ਬੱਚਾ, ਸਭ ਕੁਝ ਦੱਸ ਸਕਦੇ ਨੇ। ਪੱਕੀ ਗੱਲ ਹੈ? ਪੱਕੀ ਗੱਲ ਹੈ, ਬਸ ਮੈਂ ਆਈ ਹੋਣੀ। ਲੱਗਦਾ ਅੱਜ ਮੋਟਾ ਹੱਥ ਬਚੂਗਾ। ਉਹਦੇ ਆਉਣ ਤੋਂ ਪਹਿਲਾਂ ਮੜ ਜਾ, ਢੁੱਕ ਜਾ, ਰਚੀਏ ਬਾਬਿਆਂ ਵਾਲਾ। ਉਹ ਬਸ ਬੱਚਾ, ਕਿਉਂ ਮਾਰੀ ਜਾਂਦੀ ਬਾਬਿਆਂ ਨੂੰ? ਨਾ ਬਾਬਾ, ਤੂੰ ਤਾਂ ਮੇਰਾ ਦਿਨ ਦੱਸਦਾ ਸੀ, ਤੈਨੂੰ ਆਪਦਾ ਨਹੀਂ ਪਤਾ ਸੀ ਕਿ ਤੇਰੇ ਛਤਰੋਲ ਹੋਣ ਵਾਲੀ ਹੈ। ਐਕਸਕਿਊਜ਼ ਮੀ। ਹਾਂਜੀ, ਤੁਸੀਂ ਸਿੰਗਲ ਹੋ? ਹਾਏ ਰੱਬਾ, ਸ਼ੁਕਰ ਆ ਮੇਰੀ ਵੀ ਸੁਣੀ ਅੱਗੇ। ਕੀ ਕਿਹਾ ਤੁਸੀਂ? ਕੁਛ ਨਹੀਂ, ਮੈਂ ਸਿੰਗਲ ਹਾਂ ਜੀ। ਹਾਂਜੀ, ਫਿਰ ਠੀਕ ਹੈ, ਸਾਨੂੰ ਚੇਅਰ ਚਾਹੀਦੀ ਸੀ। ਮੇਰੀ ਗੱਲ ਸੁਣ, ਮੈਂ ਤੇਰੇ ਤੋਂ ਪੁੱਛੂਗਾ ਚਾਰ ਸਵਾਲ, ਜੇ ਤੂੰ ਚਾਰ ਸਵਾਲਾਂ ਦਾ ਜਵਾਬ ਦੇਤੇ ਤੈਨੂੰ 500 ਰੁਪਇਆ ਇਨਾਮ। ਪੁੱਛੋ ਪੁੱਛੋ। ਇੰਡੀਆ ਦੀ ਰਾਜਧਾਨੀ ਕਿਹੜੀ ਆ? ਦਿੱਲੀ। ਤੇ ਪੰਜਾਬ ਦੀ ਰਾਜਧਾਨੀ ਕਿਹੜੀ ਆ? ਚੰਡੀਗੜ੍ਹ। ਸਵੇਰੇ ਕੀ ਬਣਾਇਆ ਸੀ? ਆਲੂ ਪਕੌੜੇ। ਜਿਹੜੇ ਰਾਤ ਮੇਰੇ ਵਿਡੀਓ 'ਚ ਪੈਸੇ ਕੱਢੇ ਸੀ ਕਿੱਥੇ ਆ? ਨਾਲ ਨਾਲ ਡੱਬੇ 'ਚ। ਹਾਂ ਖਬਰੀ। ਹਾਂਜੀ ਸਰਕਾਰ, ਤੁਹਾਡਾ ਭਰਾ ਇੱਕ ਗਰੀਬ ਕੁੜੀ ਦੇ ਚੱਕਰਾਂ 'ਚ ਪੈ ਗਿਆ, ਮੈਂ ਤਾਂ ਸੁਣਿਆ ਉਹਦਾ ਕੋਰਟ ਮੈਰਿਜ ਵੀ ਕਰਾਉਣ ਨੂੰ ਫਿਰਦਾ ਉਹ। ਇਹ ਖਬਰ ਝੂਠੀ ਹੋਈ ਨਾ ਤਾਂ ਪਹਿਲੀ ਗੋਲੀ ਤੇਰੀ ਹਿੱਕ 'ਚ ਠੋਕਣੀ ਪੈਣੀ ਸਾਨੂੰ। ਪਰ ਜੇ ਇਹ ਖਬਰ ਸੱਚੀ ਹੋਈ ਫਿਰ ਅਸੀਂ ਦੋਵੇਂ ਭਰਾ ਮਿਲ ਕੇ ਆਪਣੇ ਭਰਾ ਦੇ ਹਿੱਕ 'ਚ ਆਪ ਗੋਲੀ ਮਾਰ ਦਾਂਗੇ। ਬਾਈ ਆ ਗਿਆ ਤੇ ਹੁਣ ਦੇ ਕੇ। ਉਹ ਬਾਈ, ਹੁਣ ਤੁਹਾਨੂੰ ਆਪਣੇ ਪਿਸਤੌਲਾਂ ਵਾਲੇ ਹੱਥਾਂ ਨਾਲ ਆਟਾ ਗੁੰਨਣ ਦੀ ਲੋੜ ਨਹੀਂ, ਰੋਟੀ ਪੱਕਦੀ ਦਾ ਇੰਤਜ਼ਾਮ ਕਰਤਾ ਮੈਂ। ਠੋਕ ਸਾਲੇ ਨੂੰ ਓਏ। ਨਹੀਂ ਬਾਈ, ਆਪਣਾ ਭਰਾ ਏ। ਓਏ, ਇਹਨੇ ਆਪਣੀ ਇੱਜ਼ਤ ਨੂੰ ਦਾਗ ਲਾਤਾ, ਠੋਕ ਦੇ। ਓ ਬਾਈ, ਮੇਰੀ ਗੱਲ ਤਾਂ ਸੁਣੋ ਯਾਰ। ਓ ਬਾਈ ਨਹੀਂ, ਆਪਣੇ ਭਾਈ ਕੋ ਮਾਰਨੇ ਕੀ ਕਿਆ ਜ਼ਰੂਰਤ ਸੀ ਸਾਹਿਬ? ਅਗਰ ਆਪਕੋ ਨੌਕਰਾਨੀ ਨਹੀਂ ਚਾਹੀਏ ਥੀ ਤੋ ਪਹਿਲੇ ਬਤਾ ਦੇਤੇ। ਮੈਨੂੰ ਸ਼ਾਪਿੰਗ ਕਰਾ ਦਿਓ ਅੱਜ। ਓ ਬਸ ਪੇਮੈਂਟ ਆ ਜਾਣ ਦੇ ਯਾਰ, ਕੋਈ ਤੈਨੂੰ ਵੀ ਸ਼ਾਪਿੰਗ ਕਰਾ ਦੂੰਗਾ। ਆ ਤਾਂ ਮੇਰੀ ਫਰੈਂਡ ਬੈਠੀ ਹੈ ਸੋਮਨ। ਹਾਏ ਸੋਮਨ, ਤੇਰੀ ਲੁੱਕ ਕਿੰਨੀ ਚੇਂਜ ਹੋ ਗਈ ਵਿਆਹ ਤੋਂ ਬਾਅਦ। ਸਭ ਮੇਰੇ ਹਸਬੈਂਡ ਦੀ ਮਿਹਰਬਾਨੀ ਆ। ਕਿੰਨੀ ਸੋਹਣੀ ਐਨਕ ਲਾਈ ਹੈ ਤੂੰ। ਪੂਰੇ 50,000 ਦੀ ਆ, ਮੇਰੇ ਹਸਬੈਂਡ ਨੇ ਗਿਫਟ ਕੀਤੀ ਸੀ। ਘੜੀ ਵੀ ਬਹੁਤ ਸੋਹਣੀ ਹੈ, ਐਪਲ ਦੀ ਆ। ਇਹ ਵੀ 1,00,000 ਦੀ ਆ, ਮੇਰੇ ਹਸਬੈਂਡ ਨੇ ਗਿਫਟ ਕੀਤੀ ਆ। ਹਾਏ, ਤੇਰੇ ਈਅਰਿੰਗਸ ਕਿੰਨੇ ਪਿਆਰੇ ਨੇ। ਪਿਓਰ ਡਾਇਮੰਡ ਦੇ ਆ, 2,00,000 ਦੇ। ਇਹ ਵੀ ਮੇਰੇ ਹਸਬੈਂਡ ਨੇ ਗਿਫਟ ਕੀਤੀ ਆ। ਹਾਏ, ਤੇਰਾ ਹਸਬੈਂਡ ਕਿੰਨਾ ਚੰਗਾ ਹੈ। ਪੂਰੇ 1,00,00,000 ਦੇ ਮੇਰੇ ਡੈਡੀ ਜੀ ਨੇ ਲੈ ਕੇ ਦਿੱਤਾ। ਯਾਰ ਮੀ, ਤੈਨੂੰ ਕੀ ਹੋ ਗਿਆ? ਤੂੰ ਦਿਨ ਪ੍ਰਤੀ ਦਿਨ ਕਾਲੀ ਹੁੰਦੀ ਜਾਂਦੀ ਹੈ, ਨਾਲੇ ਹੁਣ ਤਾਂ ਸੁਖਣਾ ਤੇਰਾ ਬੁਆਏਫ੍ਰੈਂਡ ਵੀ ਹੈ। ਮੈਂ ਤਾਂ ਸੁਣਿਆ ਪਿਆਰ 'ਚ ਸਕਿਨ 'ਤੇ ਗਲੋ ਹੀ ਬੜਾ ਆ ਜਾਂਦਾ। ਉਹੀ ਤਾਂ ਚੱਕਰ ਹੈ, ਉਹ ਸਿਰ ਤਾਂ ਰੰਗ ਚੜੀ ਜਾਂਦਾ, ਕਾਲਾ ਹੈ ਉਹ। ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ। ਭਾਜੀ, ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਹੈ। ਭਾਜੀ, ਤੁਸੀਂ ਸਾਨੂੰ ਕਦੇ ਕੁਛ ਨਹੀਂ ਖਵਾਇਆ, ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਹੀ ਖਾਵਾਂਗੇ। ਹਾਂ ਠੀਕ ਹੈ, ਚਲੋ ਬੈਠੋ ਗੱਡੀ 'ਚ। ਗੱਡੀ ਤਾਂ ਅਸੀਂ ਬਾਅਦ 'ਚ ਬੈਠਾਂਗੇ, ਪਹਿਲਾਂ ਸਾਨੂੰ ਇਹ ਦੱਸੋ ਖਵਾਓਗੇ ਕੀ? ਮੈਂ ਅੱਜ ਤੁਹਾਨੂੰ ਖਵਾਉਂਗਾ ਧੱਕੇ।
ਭਾਈ ਇੱਕ ਵਧੀਆ ਜਿਹਾ ਨਾਰੀਅਲ ਦੇ ਦਿਓ ਜਿਹਦੇ ਚ ਪਾਣੀ ਹੋਵੇ ਪਾਣੀ ਹੋਵੇ। ਠੀਕ ਹੈ ਠੀਕ ਹੈ। ਪਾਣੀ ਪੂਣੀ ਦਾ ਕੁਛ ਨੀ ਪਤਾ ਲੱਗਦਾ, ਬਸ ਦੋ ਖੜਕਾ ਕੇ ਤੀਜਾ ਦੇ ਦੋ ਗਾਹਕ ਖੁਸ਼ ਹੋ ਜਾਂਦਾ। ਜੀ ਅਸੀਂ ਇੱਕ ਸਰਵੇ ਕਰ ਰਹੇ ਹਾਂ ਜਿਹੜਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ, ਅਸੀਂ ਉਹਦੇ ਵਿੱਚ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਉਹਦੇ ਵਿੱਚ ਕੀ ਮਿਲਿਆ, ਪਿਆਰ ਮਿਲਿਆ ਕਿ ਧੋਖਾ ਮਿਲਿਆ? ਦੇਖੋ ਜੀ, ਮੈਨੂੰ ਤਾਂ ਧੋਖਾ ਹੀ ਮਿਲਿਆ। ਇੱਕ ਏਂਜਲ ਪ੍ਰੀਆ ਨਾਂ ਦੀ ਕੁੜੀ ਮਤਲਬ ਸੀਗੀ, ਅਤੇ ਉਹਨੇ ਮੇਰੇ ਨਾਲ ਪਿਆਰ ਪਾ ਕੇ ਉਸ ਤਰ੍ਹਾਂ ਠੱਗੀ ਮਾਰੀ ਆ, 50,000 ਰੁਪਈਏ ਦਾ ਮੇਰੇ ਨਾਲ ਫਰੋਡ ਕਰਕੇ ਉਸ ਤੋਂ ਬਾਅਦ ਮੈਨੂੰ ਉਹਨੇ ਬਲੌਕ ਕਰਤਾ, ਅਤੇ ਮਤਲਬ ਧੋਖਾ ਹੀ ਮਿਲਿਆ ਮੈਨੂੰ ਤਾਂ ਬਸ। ਅਤੇ ਤੁਹਾਨੂੰ? ਮੈਨੂੰ ਸੋਸ਼ਲ ਮੀਡੀਆ ਤੋਂ ਜੀ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਜੀ। ਤੇ ਤੁਹਾਡੀ ਆਈਡੀ ਕੀ ਨਾਮ ਤੇ ਹੈ? ਮੇਰੀ ਆਈਡੀ ਜੀ ਏਂਜਲ ਪ੍ਰੀਆ ਦੇ ਨਾਮ ਤੋਂ। ਨੋ 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 ਨੋ